ਤਕਰੀਆਂ ਬਿਲਕੁਲ ਸੱਚ ਹੈ ਕਿ ਜਦੋਂ ਅਸੀਂ ਭਾਰਤ ਤੋਂ ਬਾਅਦ 'ਚ ਜਿਸ ਦਿਨ ਨਗਰ ਕੀਰਤਨ ਲੰਘ ਜਾਂਦਾ, ਨਗਰ ਕੀਰਤਨ ਤੋਂ ਜਿਸ ਤਰ੍ਹਾਂ ਪਹਿਲਾਂ ਦੀ ਸਫਾਈ ਸੀ ਉਸੇ ਤਰ੍ਹਾਂ ਦੀ ਸਫਾਈ ਨਗਰ ਕੀਰਤਨ ਤੋਂ ਬਾਅਦ 'ਚ ਹੁੰਦੀ ਹੈ, ਰਾਤ ਨੂੰ ਹੁੰਦੀ ਹੈ। ਆਦਮੀ ਲੰਘ ਕੇ ਗਿਆ, ਉਹਨਾਂ ਨੇ ਪ੍ਰਸ਼ਾਦਾ ਕਿਸਮ ਦਾ ਬੇਨਤੀ ਕੀਤੀ ਸੀ। ਦੁੱਧ ਸਾਲਾਂ ਤੋਂ ਅਸੀਂ ਕਰ ਰਹੇ ਹਾਂ, ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਅਸੀਂ ਇਸ ਵਾਰ ਵੀ ਕਰ ਰਹੇ ਹਾਂ ਕਿ ਉੱਥੇ ਅਸੀਂ ਅਮਲ ਕਰਨ ਦਾ ਗੱਡੀਆਂ ਦਾ ਪ੍ਰਬੰਧ ਮੈਂ ਸਭ ਕਰਕੇ ਦੇਣਾ, ਗੱਡੀਆਂ ਮੰਗਾ ਲਓ, ਜੇ ਬਾਹਰੋਂ ਮੰਗਵਾਉਣੀ ਪੈਂਦੀਆਂ ਮੰਗਾ ਲੈਂਦੇ ਹਾਂ, ਇਸ ਦਾ ਪ੍ਰਤਾਪ ਸਿੰਘ ਵੀ ਚੈੱਕ ਕਰ ਲਿਓ, ਗੱਡੀਆਂ ਜਿੰਨੀਆਂ ਦੀ ਲੋੜ ਹੈ ਮੰਗਾ ਲਓ, ਕਿਤੇ ਵੀ ਜਾ ਸਕਦੀਆਂ ਨੇ, ਇਹਨਾਂ ਨੂੰ ਲਿਟਰੇਚਰ ਵੰਡਣ ਲਈ ਚਾਹੀਦੀਆਂ ਨੇ। ਇੱਕ ਮੇਰੀ ਬੇਨਤੀ ਆ ਕਿ ਸਾਡੇ ਕਿਸੇ ਵੀ ਥਾਂ 'ਤੇ ਆਪਣੀ ਐਸੋਸੀਏਸ਼ਨ ਵੱਲੋਂ ਲਾ ਕੇ, ਕੋਈ ਇਹ ਵੀ ਨਹੀਂ ਹੈਗਾ ਕਿ ਲੰਗਰ ਲਾਇਆ ਜਾਵੇ, ਲਿਟਰੇਚਰ ਦਾ ਹੀ ਸਟਾਲ ਲਾ ਲਓ, ਲਿਟਰੇਚਰ ਵੰਡਿਆ ਜਾਵੇ, ਉੱਥੇ ਇਕੱਠੇ ਹੋ ਕੇ ਆਪਣਾ ਇੱਕ ਬੈਨਰ ਲਾਓ, ਇੱਕ ਪ੍ਰਭਾਵ ਜਾਂਦਾ, ਉਹ ਪ੍ਰਭਾਵ ਜਿਹੜਾ ਉਹ ਜਾਣਾ ਚਾਹੀਦਾ ਕਿ ਅਸੀਂ ਗੇਟ 'ਤੇ 100 ਲਾਈਟ ਲਾ ਦਿਓ, ਜੋ ਤੋਂ ਬੋਲਿਆ ਜਾ ਰਿਹਾ, ਸਿੱਖਾਂ ਨੂੰ ਤੋੜਿਆ ਜਾ ਰਿਹਾ। ਕਾਰੋਬਾਰ ਜੋ ਡੱਬੇ ਵੰਡੇ ਗਏ ਜੀ, ਤੁਹਾਨੂੰ ਸਾਹਿਬ ਸਿੰਘ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਸਮੁੱਚੇ ਸੰਸਾਰ ਦੇ ਵਿੱਚ 13-14 ਅਕਤੂਬਰ ਨੂੰ ਵੱਡੀ ਪੱਧਰ 'ਤੇ ਮਨਾਇਆ ਜਾ ਰਿਹਾ। ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸੱਚੇ ਪਾਤਸ਼ਾਹ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀ ਸ਼ੁਰੂਆਤ ਮਠਿਆਈ ਦੇ ਡੱਬੇ ਵੰਡ ਕੇ, ਕਾਰਡ ਵੰਡ ਕੇ ਕਰਦੇ ਹਾਂ। ਇਸ ਵਾਰ ਵੀ ਅਸੀਂ ਪਿਛਲੇ ਸਾਲ ਦੀ ਤਰ੍ਹਾਂ ਇੱਕ ਮੋਚੀ ਦਾ ਕੰਮ ਕਰਨ ਵਾਲੇ ਕਿਰਤੀ ਤੋਂ ਇਹ ਕਾਰਜ ਸ਼ੁਰੂ ਕੀਤਾ ਵਾ। ਸਾਡੀ ਅਰਦਾਸ ਹੈ ਕਿ ਗੁਰੂ ਰਾਮਦਾਸ ਪਾਤਸ਼ਾਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੱਸਣ ਵਾਲੇ ਆਏ, ਹਰ ਕਾਰੋਬਾਰ ਦੇ ਕਾਰੋਬਾਰ ਵਿੱਚ ਵਾਧਾ ਕਰੇ, ਉਹਨਾਂ ਦੇ ਪਰਿਵਾਰਾਂ ਵਿੱਚ ਖੁਸ਼ੀਆਂ ਖੇੜੇ ਆਉਣ, ਉਹਨਾਂ ਨੂੰ ਸਿਹਤ ਜਾਤੀ ਬਖਸ਼ੇ। ਗੁਰੂ ਰਾਮਦਾਸ ਪਾਤਸ਼ਾਹ ਦਾ ਇਹ ਜਿਹੜਾ ਵਸਾਇਆ ਸ਼ਹਿਰ ਆ, ਇਸ ਸ਼ਹਿਰ ਦੇ ਵਿੱਚ ਹਰ ਵੱਸਣ ਵਾਲੇ ਨੂੰ ਸਾਡੀ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਦਾ ਪਾਵਨ ਪ੍ਰਕਾਸ਼ ਗੁਰਪੁਰਬ 15 ਤਰੀਕ ਨੂੰ ਆ, ਉਸ ਦਿਨ 'ਤੇ ਆਪਣੇ ਕਾਰੋਬਾਰੀ ਅਦਾਰਿਆਂ 'ਤੇ ਘਰਾਂ 'ਚ ਦੀਪਮਾਲਾ ਕੀਤੀ ਜਾਵੇ, ਅਤੇ ਗੁਰੂ ਰਾਮਦਾਸ ਦੇ ਦਰ 'ਤੇ ਆਉਣ ਕੇ ਸ਼ਰਧਾ ਸਤਿਕਾਰ ਅਤੇ ਆਸਥਾ ਦੇ ਦੀਵੇ ਜਗਾਏ ਜਾਣ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਮਹਿੰਦਰ ਸਿੰਘ ਦਰਬਾਰ ਸਾਹਿਬ ਵੱਲੋਂ ਸਮੁੱਚੀਆਂ ਸੰਗਤਾਂ ਨੂੰ ਮੁਬਾਰਕਬਾਦ ਵੀ ਦਿੰਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ, ਜਿਹੜਾ ਸਮੁੱਚੇ ਸੰਸਾਰ 'ਚ 15 ਅਕਤੂਬਰ ਨੂੰ ਮਨਾਇਆ ਜਾ ਰਿਹਾ, ਅਤੇ ਹਰ ਇੱਕ ਨੂੰ ਹਾਰਦਿਕ ਤੌਰ 'ਤੇ ਸੱਦਾ ਵੀ ਦਿੰਦੇ ਹਾਂ। ਅਰਦਾਸ ਹੈ ਕਿ ਗੁਰੂ ਰਾਮਦਾਸ ਪਾਤਸ਼ਾਹ ਸਾਰਿਆਂ ਨੂੰ ਨਾਮ ਕਰਨ 'ਚ ਕਰਨਾ। ਠੀਕ ਹੈ।